ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹਿਰ ਸਾਹਿਬ ਆਉਣ ਦਾ ਇਤਿਹਾਸ ਜੋ ਹੈ ਉਹ ਕੁਝ ਇਸ ਤਰ੍ਹਾਂ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੀ ਯਾਤਰਾ ਸਮੇਂ ਧਮਤਾਨ ਸਾਹਿਬ ਤੋਂ ਚੱਲ ਕੇ ਪਰਿਵਾਰ ਸਮੇਤ ਕੱਤਕ ਵਧੀ 5 ਸੰਮਤ 1723 ਨੂੰ ਬਹਿਰ ਸਾਹਿਬ ਆਏ ਤਾਂ ਅੱਗੋਂ ਮੱਲਾ ਨਾਮੀ ਤਰਖਾਣ ਸਿੱਖ ਨੇ ਆਣ ਕੇ ਮੱਥਾ ਟੇਕਿਆ। ਮੱਥਾ ਟੇਕ ਕੇ ਆਪਣੇ ਘਰ ਲਿਜਾ ਕੇ ਮਾਈਆਂ ਨੇ ਮਾਇਆ ਦੀ ਸੇਵਾ ਕੀਤੀ ਅਤੇ ਮੱਲੇ ਸਿੱਖ ਨੇ ਆਣ ਕੇ ਮੱਥਾ ਟੇਕਿਆ ਅਤੇ ਸਾਰੀ ਰਾਤ ਮੁੱਠੀਆਂ ਭਰਦਾ ਰਿਹਾ, ਨਾਲੇ ਗਿਆਨ ਦੀਆਂ ਬਾਤਾਂ ਕਰਦਾ ਰਿਹਾ। ਅਗਲੇ ਦਿਨ ਅੰਮ੍ਰਿਤ ਵੇਲੇ ਜੀ ਜਦੋਂ ਗੁਰੂ ਜੀ ਸਰਸਵਤੀ ਵਿੱਚੋਂ ਇਸ਼ਨਾਨ ਕਰਕੇ ਨਿਤਨੇਮ ਦਾ ਪਾਠ ਕਰ ਰਹੇ ਸਨ ਕਿ ਪਿੰਡ ਵਿੱਚੋਂ ਲੋਕ ਇਕੱਠੇ ਹੋ ਕੇ ਆਣ, ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਅਸੀਂ ਬੜੇ ਗਰੀਬ ਹਾਂ, ਸਾਡੀ ਗਰੀਬੀ ਦੂਰ ਕਰੋ ਜੀ, ਸਾਡੇ ਉੱਤੇ ਕਿਰਪਾ ਕਰੋ ਜੀ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਫਰਮਾਏ ਕਿ ਭਾਈ ਤੰਬਾਕੂ ਛੱਡੋ ਤਾਂ ਗਰੀਬੀ ਦੂਰ ਹੋਵੇਗੀ। ਲੋਕਾਂ ਨੇ ਆਖਿਆ ਕਿ ਤੰਬਾਕੂ ਤਾਂ ਅਸੀਂ ਛੱਡ ਨਹੀਂ ਸਕਦੇ, ਤਾਂ ਗੁਰੂ ਜੀ ਨੇ ਫਰਮਾਇਆ ਜੇਕਰ ਅੱਜ ਹੀ ਤੰਬਾਕੂ ਛੱਡ ਦਿੰਦੇ ਤਾਂ ਅੱਜ ਹੀ ਗਰੀਬੀ ਦੂਰ ਹੋ ਜਾਂਦੀ। ਜਾਓ ਹੁਣ ਕੁਝ ਸਮਾਂ ਪਾ ਕੇ ਪੱਛਮੀ ਪੰਜਾਬ ਵਿੱਚੋਂ ਮੇਰੇ ਸਿੱਖ ਆਉਣਗੇ ਤਾਂ ਲਹਿਰਾਂ ਬਹਿਰਾਂ ਹੋਣਗੀਆਂ ਅਤੇ ਗਰੀਬੀ ਦੂਰ ਹੋਵੇਗੀ ਅਤੇ ਇੱਥੇ ਬੜਾ ਭਾਰੀ ਤੀਰਥ ਬਣੇਗਾ। ਜਿਹੜਾ ਹਿਰਦਾ ਸ਼ੁੱਧ ਕਰਕੇ 12 ਮੱਸਿਆਂ ਨਹਾਏਗਾ ਉਸ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਦੁੱਖ ਕੱਟੇ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਫਿਰ 3 ਦਿਨ ਅਤੇ 2 ਰਾਤਾਂ ਰਹਿ ਕੇ ਮੱਲੇ ਨਾਮੀ ਤਰਖਾਣ ਨੂੰ ਨਿਹਾਲ ਕਰਕੇ ਅਤੇ ਤ੍ਰਿਲੋਕ ਦਾਸ ਸਾਜ ਦਾ ਉਧਾਰ ਕਰਕੇ ਕੱਤਕ ਵਧੀ 7 ਸੰਮਤ 1723 ਨੂੰ ਫਿਰ ਕੈਥਲ ਵੱਲ ਚਲੇ ਗਏ। ਅੱਜ ਵੀ ਇੱਥੇ ਜੋ ਹੈ ਸੰਗਤ ਆਉਂਦੀ ਹੈ, ਨਮਸਕਾਰ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਤੇ ਉਹਨਾਂ ਦੀਆਂ ਝੋਲੀਆਂ ਭਰ ਆਉਂਦੀਆਂ ਹੈ। ਸੋ ਇਸ ਕਰਕੇ ਜਦ ਵੀ ਆਪ ਜੀ ਨੂੰ ਸਮਾਂ ਮਿਲੇ ਤਾਂ ਆਪ ਜੀ ਖਨੌਜੀ ਪਾਤੜਾ ਤੋਂ ਹੁੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸਥਾਨ ਬਹਿਰ ਸਾਹਿਬ ਵੱਲ ਆ ਸਕਦੇ ਹੋ, ਜਿੱਥੇ ਕਿ ਬਹੁਤ ਬੜਾ ਸੁੰਦਰ ਸਰੋਵਰ ਸਾਹਿਬ ਹੈ ਅਤੇ ਸਾਹਮਣੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਬਹੁਤ ਸੁੰਦਰ ਨਿਸ਼ਾਨ ਸਾਹਿਬ ਹੈ। ਅਖੰਡ ਪਾਠ ਸਾਹਿਬ ਜੀ ਅੱਜ ਆਪਣੇ ਕਰਵਾਉਣਾ ਹੋਵੇ ਸਾਰਾ ਕੁਛ ਇੱਥੇ ਜੋ ਹੈ ਉਪਲਬਧ ਹੈ। ਗੁਰੂ ਕਾ ਲੰਗਰ ਇਸ ਸਥਾਨ ਦੇ ਉੱਤੇ 24 ਘੰਟੇ ਚੱਲਦਾ ਹੈ, ਕਿਸੇ ਵੀ ਸਥਾਨ ਦੀ ਅੱਜ ਇੱਥੇ ਤੋਟ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਬਚਨ ਕੀਤੇ ਸਨ ਉਹ ਪੂਰੇ ਹੋ ਰਹੇ ਹਨ ਅਤੇ ਸੰਗਤ ਦੂਰੋਂ ਦੂਰੋਂ ਹੋ ਕੇ ਇੱਥੇ ਲਾਹਾ ਲੈਂਦੀਆਂ ਹੈ। ਮੱਸਿਆ ਵਾਲੇ ਦਿਨ ਇਸ ਸਥਾਨ ਦੇ ਉੱਤੇ ਬੜਾ ਭਾਰੀ ਇਕੱਠ ਹੁੰਦਾ ਹੈ, ਮੇਲਾ ਲੱਗਦਾ ਹੈ ਅਤੇ ਬਾਹਰ ਸਮੋਸੇ ਪਕੌੜੀ ਜਲੇਬੀਆਂ ਦੀ ਦੁਕਾਨਾਂ ਸਜਦੀਆਂ ਹਨ ਅਤੇ ਗਰੀਬ ਆ ਕੇ ਆਪਣੀ ਝੋਲੀ ਭਰਦਾ ਹੈ। ਅਤੇ ਜੇ ਕਿਸੇ ਜੀਵ ਨੂੰ, ਵੀਰ ਨੂੰ, ਭੈਣ ਨੂੰ, ਕਿਸੇ ਨੂੰ ਵੀ ਫੋੜਾ ਫਿੰਸੀ ਦਾ ਵੀ ਰੋਗ ਹੋਵੇ ਤਾਂ ਇੱਥੇ ਆ ਕੇ ਇਸ਼ਨਾਨ ਕਰ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਜੋ ਹਨ ਅੱਜ ਇੱਥੇ ਪ੍ਰਤੱਖ ਵਰਤ ਰਹੇ ਹਨ। ਸੋ ਇਸ ਕਰਕੇ ਆਪ ਜੀ ਇਹ ਵੀਡੀਓ ਸਭ ਨਾਲ ਸਾਂਝਾ ਜ਼ਰੂਰ ਕਰੋ ਤਾਂ ਕਿ ਸਾਰੀ ਸੰਗਤ ਦਰਸ਼ਨ ਕਰਕੇ ਲਾਹਾ ਲੈ ਸਕੇ।